ਮੈਡੀਟੇਸ਼ਨ ਨਾਲ ਅਸੀਂ ਹਮੇਸ਼ਾ ਲਈ ਐਂਗਜ਼ਾਈਟੀ ਓਵਰਥਿੰਕਿੰਗ ਤੇ 네ਗੇਟਿਵ ਥੌਟਸ ਤੋਂ ਹਮੇਸ਼ਾ ਲਈ ਬਾਹਰ ਨਿਕਲ ਸਕਦੇ ਆ ਸੋ ਮੈਂ ਹੁਣ ਕੀ ਕਰਨ ਜਾ ਰਿਹਾ ਜਿੰਨੇ ਵੀ ਇਵੈਂਟਸ ਹੋਇਆ ਕਰਨਗੇ ਹਰ ਇਵੈਂਟ ਦੇ ਵਿੱਚ ਅੱਧੇ ਤੋਂ ਪੌਣੇ ਘੰਟੇ ਦਾ ਮੈਡੀਟੇਸ਼ਨ ਦੇ ਕਨਸੈਪਟ ਡਿਟੇਲ ਸਮਝਾਇਆ ਜਾਊਗਾ ਸੋ ਜਿੱਥੇ ਵੀ ਇਵੈਂਟ ਹੁੰਦਾ ਉੱਥੇ ਜ਼ਰੂਰ ਪਹੁੰਚ ਕੇ ਆਪਣੀ ਸੀਟ ਬੁੱਕ ਕਰਾਇਆ ਕਰੋ ਕਿਉਂਕਿ ਮੈਂ ਹੁਣ ਪੰਜਾਬ ਦੇ ਵਿੱਚ ਕੀ ਕਰਨ ਜਾ ਰਿਹਾ ਹਰ ਪਿੰਡ ਸ਼ਹਿਰ ਦੇ ਵਿੱਚ ਜਾ ਕੇ ਇਵੈਂਟ ਕਰਾਂਗਾ ਤੁਹਾਡੇ ਤੱਕ ਵੀ ਜ਼ਰੂਰ ਪਹੁੰਚਾਂਗਾ ਜਿੱਥੇ ਤੱਕ ਵੀ ਇਹ ਵੀਡੀਓ ਜਾ ਰਹੀ ਹੈ ਉਹਨਾਂ ਦੇ ਪਿੰਡ ਸ਼ਹਿਰ ਤੱਕ ਵੀ ਪਹੁੰਚਾਂਗੇ ਜ਼ਰੂਰ ਪਰ ਤੁਸੀਂ ਇਵੈਂਟਸ ਨੂੰ ਮਿਸ ਨਾ ਕਰਿਓ ਕਿਉਂਕਿ ਇਹ ਕਨਸੈਪਟ ਇਸ ਲਈ ਸ਼ੁਰੂ ਕਰਨਾ ਪਿਆ ਮੈਨੂੰ ਕਿਉਂਕਿ ਜਿਹੜਾ ਸਮਾਜ ਦਾ ਅੱਜ ਦਾ ਜਿਹੜਾ ਮਾਨਸਿਕ ਪੱਧਰ ਹੈ ਨਾ ਉਹ ਬਹੁਤ ਸਟ੍ਰੈਸਫੁਲ ਹੁੰਦਾ ਜਾ ਰਿਹਾ ਚੀਜ਼ਾਂ ਮੈਨੇਜ ਨਹੀਂ ਹੋ ਰਹੀਆਂ ਜਿਹਦੇ ਕਰਕੇ ਜ਼ਿੰਦਗੀ ਵੀ ਖਰਾਬ ਹੋ ਰਹੀ ਹੈ ਤੁਸੀਂ ਕੈਸੇ ਵੀ ਹਾਲਾਤਾਂ 'ਚ ਜੀ ਰਹੇ ਹੋ ਤੁਸੀਂ ਫਿਕਰ ਨਾ ਕਰੋ ਤੁਹਾਡੇ ਤੱਕ ਵੀ ਜ਼ਰੂਰ ਪਹੁੰਚਾਂਗਾ ਜਾਂ ਜੇ ਮੈਂ ਤੁਹਾਡੇ ਕਿਤੇ ਆਲੇ ਦੁਆਲੇ ਇਵੈਂਟ ਦੇ ਵਿੱਚ ਹੈਗਾ ਤਾਂ ਤੁਸੀਂ ਉੱਥੇ ਜ਼ਰੂਰ ਪਹੁੰਚ ਕੇ ਇਸ ਓਪਰਚੁਨਿਟੀ ਨੂੰ ਅਵੇਲ ਕਰੋ ਇਹ ਮੌਕੇ ਨੂੰ ਸੰਭਾਲੋ ਤੇ ਮੈਡੀਟੇਸ਼ਨ ਦੀਆਂ ਟੈਕਨੀਕਸ ਨੂੰ ਸਿੱਖੋ ਵੀ ਮੈਡੀਟੇਸ਼ਨ ਨਾਲ ਧਿਆਨ ਨਾਲ ਕਿਵੇਂ ਅਸੀਂ ਓਵਰਥਿੰਕਿੰਗ ਨੂੰ ਸਟ੍ਰੈਸ ਨੂੰ ਡਿਪਰੈਸ਼ਨ ਨੂੰ ਕਿਵੇਂ ਆਪਣੇ ਮਨ 'ਚੋਂ ਬਾਹਰ ਕੱਢ ਸਕਦੇ ਹੋ ਕਿਉਂਕਿ ਜ਼ਿੰਦਗੀ ਜੀਣ ਦਾ ਇੱਕ ਸਹੀ ਢੰਗ ਗੁਰੂ ਸਾਹਿਬ ਨੇ ਸੋਚ ਸਾਨੂੰ ਜੋ ਸਮਝਾਇਆ ਹੈ ਉਹਨੂੰ ਅਸੀਂ ਅਪਣਾ ਕੇ ਆਪਦੀ ਜ਼ਿੰਦਗੀ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਈਏ ਕਿਉਂਕਿ ਚੜ੍ਹਦੀ ਕਲਾ ਹੀ ਸਾਨੂੰ ਨੈਗੇਟਿਵ ਥੌਟਸ 'ਚੋਂ ਬਾਹਰ ਕੱਢ ਸਕਦੀ ਹੈ ਲੇਜ਼ੀਨੈਸ ਆਲਸਪੁਣੇ 'ਚੋਂ ਬਾਹਰ ਕੱਢ ਸਕਦੀ ਹੈ ਫਿਕਰ ਨਾ ਕਰੋ ਤੁਹਾਡੇ ਤੱਕ ਜਲਦੀ ਪਹੁੰਚਾਂਗਾ ਤੁਸੀਂ ਈਵੈਂਟ 'ਚ ਜ਼ਰੂਰ ਪਹੁੰਚੋ ਤੇ ਕਾਫੀ ਚੀਜ਼ਾਂ ਅਸੀਂ ਪ੍ਰੈਕਟੀਕਲ ਟ੍ਰੇਨਿੰਗ ਦੇਵਾਂਗੇ ਜਿਹੜੀਆਂ ਤੁਸੀਂ ਜਦੋਂ ਅਪਣਾਓਗੇ ਆਪਣੇ ਆਪ ਤੇ ਕਾਫੀ ਤੁਹਾਨੂੰ ਰਿਲੈਕਸ ਫੀਲ ਹੋਊਗਾ ਸਤਿ ਸ਼੍ਰੀ ਅਕਾਲ ਜੀ ਮਿਲਦੇ ਹਾਂ ਜਲਦੀ ਹੋ